ਇਹ ਤੇ ਯਾਤਰਾ ਹੈ। ਪਹਿਲਾ ਜਿਹੜਾ ਬਾਬਾ ਜੀ ਦੇ ਡੰਗਾ 18 ਜੂਨ ਗਈ,
ਉਹਦਾ ਬਾਅਦ 21 ਨਵੰਬਰ ਗਏ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਦਾ ਸਮੋਠ ਹੈ। ਇਹ ਜਿਹੜਾ ਤਰੀਆ ਮੇਨ ਸਥਾਨ ਬਾਬਾ ਸ਼ਿਵੋ ਜੀ ਗੋਰਨ ਸਾਰਾ ਦੰਗਲ ਕਰਾਉਣ ਦਾ ਇੱਕੋ ਤੱਤ ਪਰਾਇਆ ਕਿ ਅਸੀਂ ਨਸ਼ੇ ਦਾ ਵਿਰੋਧੀ ਇੱਕ ਅਭਿਆਨ ਚਲਾਇਆ ਹੈ ਔਰ ਅਸੀਂ ਬੜੇ ਜਲਦੀ ਬਾਬਾ ਜੀ ਦਾ ਡੰਗਾ ਖਾਣਾ ਖੋਲਣ ਵਾਲਿਆਂ ਨੇ ਸਾਡੇ ਜਿਹੜੇ ਉੱਥੋਂ ਦੇ ਕੋਚ ਓਮਕਾਰ ਸਿੰਘ ਜੀ ਜਿਹੜੇ ਸਾਡੇ ਲੋਕਲ ਪਹਿਲਵਾਨ ਵੀ ਹਨ ਔਰ ਇਹ ਬਾਬੇ ਦੇ ਸੇਵਕ ਵੀ ਹੈ ਤੇ ਅਸੀਂ ਜਿਹੜਾ ਖਾਣਾ ਖੋਲਗੇ ਸਾਡਾ ਇੱਕੇ ਦਾਇਤਵ ਹੈ ਕਿ ਇੱਧਰ ਸਾਡੇ ਇਲਾਕੇ ਦੇ ਮੁੰਡੇ ਜਿਹੜੇ ਆਪਣੀ ਜਿੰਦ ਜਾਨ ਬਣਾਉਣ ਅਗਲੇ 5-7 ਸਾਲ ਚ ਉਹ ਵੀ ਜਿਹੜੇ ਸ਼ਿੰਦੇ ਦੇ ਵਿੱਚ ਆਸੇ ਪਾਸੇ ਦੇ ਲੱਭਣ ਤਾਂ ਕਿ ਉਹਦਾ ਨਾਮ ਜ਼ਿਲ੍ਹੇ ਬੁਲਾਇਆ ਕਿ ਕਿਹੜੇ ਅਖਾੜੇ ਦਾ ਪਹਿਲਵਾਨ ਹੈ ਬਾਬਾ ਸ਼ਿਵੋ ਡੰਗਾ ਅਖਾੜਾ ਗੋਰਨ ਦਾ। ਔਰ ਉਸ ਅਖਾੜੇ ਦੀ ਇੱਕ ਖਾਸੀਅਤ ਹੋਵੇ ਕਿ ਜਿਹੜੇ ਵੀ ਮੁੰਡੇ ਉੱਥੇ ਆਪਣੀ ਟ੍ਰੇਨਿੰਗ ਲੈਣ ਉਹਨੇ ਵੀ ਦੁੱਧ ਔਰ ਛਦਾਈ ਹੈ ਜਿਹੜੀ ਉਹ ਬਾਬਾ ਜੀ ਦੀ ਤਰਫਾਂ ਦਾ ਗਊਸ਼ਾਲਾ ਜਾ ਮਿਲਣ ਦੋ ਟਾਈਮ ਔਰ ਫਿਰ ਵੀ ਸਾਡੇ ਕੋਲ ਕੋਈ ਤੁਟੀ ਰਹੀ ਹੋਵੇ ਤਾਂ ਅਸੀਂ ਸਾਰੇ ਕੋਲ ਮਾਫੀ ਮੰਗੇ ਕਿਉਂਕਿ ਅਸੀਂ ਬੜੇ ਸ਼ਾਰਟ ਨੋਟਿਸ ਦੇ ਵਿੱਚ ਇਹ ਦੰਗਲ ਆਰਗੇਨਾਈਜ਼ ਕੀਤਾ ਔਰ ਪਹਿਲਵਾਨ ਜਿਹੜੇ ਜ਼ਿਆਦਾ ਹੀ ਰਹੇ ਪਹਿਲਵਾਨ ਦੇ ਕੋਲੋਂ ਵੀ ਮਾਫੀ ਮੰਗੇ ਕਿ ਜਿੰਨੀਆਂ ਕੁਸ਼ਤੀਆਂ ਨਹੀਂ ਹੋਈਆਂ ਉਸੇ ਦਰੇ ਡੰਡ ਲੈਣ ਨਾਲ ਵੱਢੋ ਤੇ 18 ਜੂਨ ਵਾਲੀ ਤਿਆਰੀ ਕਰੋ ਜਿਹੜੀ ਬਾਬਾ ਜੀ ਦਾ ਵੱਡੀ ਛਿੰਝ ਹੋਣੀ ਹੈ ਉੱਥੇ ਕੋਈ ਕੁੰਡੇ ਵਗੈਰਾ ਨਹੀਂ ਆ ਗਿਆ ਤੇ ਵੀ ਆ ਤੁਸੀਂ ਆਪਣੀ ਸਿੰਚਾਈ ਤੋਂ ਅੱਗੇ ਰੋਣ ਕੁਸੇ ਨੇ ਦੇਖਿਆ ਬੋਲਿਆ ਬਾਬਾ ਸ਼ਿਵੋ ਮਹਾਰਾਜ ਕੀ ਅਰੀਸ਼ੂ ਲੰਡੀਆਂ ਅਖਾੜਾ ਦੀਪਕ ਦਿੱਲੀ ਅਰੀਸ਼ੂ ਲੰਡੀਆਂ ਦੀਪਕ ਦਿੱਲੀ ਜਲਦੀ ਖਾੜੇ ਲੈ ਹਮਾਰੇ ਵਿਸ਼ਵ ਹਿੰਦੂ ਕੇ ਜੋ ਆ ਰਿਹਾ ਵਿਸ਼ਵ ਸਿੰਘ ਚੜ੍ਹਦੀ ਜੀ ਮੈਂ ਉਨਸੇ ਬੇਨਤੀ ਕਰੂੰਗਾ ਸਤੀਸ਼ ਦੱਤਾ ਜੀ ਸੇ ਕਿ ਇਸ ਕੁਸ਼ਤੀ ਕੋ ਆਸ਼ੀਰਵਾਦ ਦੇ ਪੂਰਨ ਸਰਦਾਰ ਚਮਠਾਟ ਸੇ ਅਗਰ ਅੰਦਰ ਬੈਠੇ ਹੋ ਉਹ ਵੀ ਆ ਜਾਏ ਕਿ ਪੂਰੀ ਟੀਮ ਵਿਸ਼ਵ ਹਿੰਦੂ ਪਰਿਸ਼ਦ ਦੀ ਪਰਮੇਸ਼ ਸਿੰਘ ਹਮਾਰੇ ਕਮੇਟੀ ਮੈਂਬਰ ਪਰਚੋਤਮ ਸ਼ਰਮਾ ਨਹੀਂ ਮਾਰਾ ਖੜੇ ਹੱਥ ਨੇ ਕਰਨੇ ਵਿੱਚ ਆਓ ਪਰਚੋਤਮ ਸ਼ਰਮਾ ਰਿਟਾਇਰ ਗੋਰਾ ਇੱਥੇ ਚੌਕੇ ਉਸ ਨੂੰ ਲਈ ਧੰਨਵਾਦ ਜੈ ਬਾਬਾ ਜੀ ਇੱਕ ਪਾਸੇ ਹੋ ਜਾ।